ਠੀਕ ਆ ਕਾਂਗਰਸ ਪਾਰਟੀ ਬਟਾਉਂਦਰ। ਹਾਂਜੀ ਸਰ, ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਕੇਸ਼ਵ ਮੰਦਰ ਦੇ ਵਿੱਚ, ਕੀ ਪ੍ਰੋਗਰਾਮ ਹੈ ਅਤੇ ਕਿਸ ਮਕਸਦ ਨਾਲ ਰੱਖਿਆ ਗਿਆ? ਪਹਿਲੇ ਤਾਂ ਤੁਹਾਡਾ ਵੈਲਕਮ ਆ, ਤੁਸੀਂ ਆਇਓ। ਨਾਲ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਪ੍ਰੋਗਰਾਮ ਆ, ਇਹ ਇੱਕ ਸਾਡੀ ਮੀਟਿੰਗ ਹੈ। ਇਹ ਮੀਟਿੰਗ ਜਿਹੜੀ ਹੈ 9 ਹਲਕਿਆਂ ਦੇ ਜਿਹੜੇ ਮੇਨ ਸਾਡੇ ਵਰਕਰ ਆ ਉਹਨਾਂ ਦੀ ਮੀਟਿੰਗ ਆ। ਪਾਰਲੀਮੈਂਟ ਇਲੈਕਸ਼ਨ ਦੇ ਸੰਬੰਧ ਵਿੱਚ ਇਹ ਮੀਟਿੰਗ ਸੱਦੀ ਗਈ ਆ। ਔਰ ਦੂਸਰਾ ਹੈ, ਸਾਡੇ ਜਿਹੜੇ ਪ੍ਰਭਾਰੀ ਆ ਯਾਦਵ ਸਾਹਿਬ, ਉਹ ਫਸਟ ਟਾਈਮ ਹੁਸ਼ਿਆਰਪੁਰ ਦੇ ਵਿੱਚ ਆ ਰਹੇ ਆ, ਜਦੋਂ ਦੇ ਉਹਨਾਂ ਨੂੰ ਦਿੱਲੀ ਵੱਲੋਂ ਥਾਪਿਆ ਗਿਆ ਹੈ ਪੰਜਾਬ 'ਤੇ। ਉਸ ਸੰਬੰਧ ਵਿੱਚ ਮੀਟਿੰਗ ਰੱਖੀ ਗਈ ਹੈ। ਕੀ ਲੱਗਦਾ ਕਿ ਸਰ, ਜਿਹੜੀਆਂ ਰਾਮ ਮੰਦਰ ਦਾ ਮੁੱਦਾ ਜਿਹੜਾ ਉਹ ਸੋਲਵ ਹੋ ਗਿਆ, ਅਤੇ ਉਸਦੇ ਸੰਬੰਧ ਵਿੱਚ ਲੋਕ ਸਭਾ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਨੇ, ਉਹਨਾਂ 'ਤੇ ਕੋਈ ਅਸਰ ਹੋਏਗਾ ਇਸ ਚੀਜ਼ ਦਾ? ਦੇਖੋ, ਮੈਂ ਬਹੁਤ ਇੱਕ ਸਪੱਸ਼ਟ ਜਿਹੀ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਵੀ ਰਾਮ ਮੰਦਰ ਦਾ ਮੁੱਦਾ ਹੀ ਕੋਈ ਨਹੀਂ ਸੀ। ਰਾਮ ਮਹਾਰਾਜ ਦੇ ਸ਼੍ਰੀ ਚਰਨਾਂ ਦੇ ਨਾਲ ਹਰ ਹਿੰਦੁਸਤਾਨੀ ਦੀ ਆਸਥਾ ਹੈ, ਚਾਹੇ ਉਹ ਕੋਈ ਐਸੀ ਹੈ, ਚਾਹੇ ਉਹ ਕੋਈ ਨੌਨ ਐਸੀ ਹੈ, ਚਾਹੇ ਕੋਈ ਸਰਦਾਰ ਹੈ, ਚਾਹੇ ਕੋਈ ਮੁਸਲਮਾਨ ਹੈ, ਕਿਉਂਕਿ ਇਸ ਦੇਸ਼ ਦਾ ਨਾਮ ਹੀ ਹਿੰਦੁਸਤਾਨ ਹੈ। ਗੱਲ ਸਮਝਣਾ, ਅਤੇ ਇੱਥੇ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਮਸਲਾ ਮੈਟਰ ਉੱਥੇ ਹੁੰਦਾ ਜਿੱਥੇ ਕੋਈ ਕਿਸੇ ਦਾ ਇਤਰਾਜ਼ ਕਰੇ। ਮੈਂ ਨਾਲ ਇਹ ਯਾਦ ਦਿਲਾਉਣਾ ਚਾਹੁੰਦਾ, ਫਸਟ ਆਫ ਆਲ ਜਿਸ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਵੀ ਇੱਥੇ ਮੂਰਤੀ ਦੀ ਗੱਲ ਕੀਤੀ ਸੀ, ਗਏ ਸੀ ਲੈ ਕੇ। ਨੰਬਰ 2, ਉਸ ਤੋਂ ਬਾਅਦ ਰਾਜੀਵ ਗਾਂਧੀ ਜੀ ਨੇ ਸਭ ਤੋਂ ਪਹਿਲਾਂ ਇਹ ਖੋਲ੍ਹਿਆ ਸੀਗਾ, ਮਗਰ ਕੁਛ ਲੋਕ ਇਸ ਨੂੰ ਪੋਲੀਟੀਕਲ ਸਟੰਟ ਦੇ ਤੌਰ 'ਤੇ ਦੇਖਦੇ ਆ, ਪੋਲੀਟੀਕਲ ਸਟੰਟ ਬਣਾ ਕੇ ਚੱਲਦੇ ਆ। ਕੁਛ ਲੋਕ ਇਹਨੂੰ ਆਪਣੀ ਆਸਥਾ ਦੇ ਮੁਤਾਬਕ ਐਸ ਗੋਡ ਦੇਖਦੇ ਆ, ਕੁਛ ਲੋਕ ਇਹਨੂੰ ਪੋਲੀਟੀਕਲ ਸਟੰਟ ਦੇਖਦੇ। ਹੁਣ ਆਪਾਂ ਇੱਕ ਗੱਲ ਕਹੀਏ ਵੀ ਜਿਹੜੀ ਚਾਰ ਹੀ ਸ਼ੰਕਰਾਚਾਰਿਆ ਆ ਸਾਡੇ ਹਿੰਦੁਸਤਾਨ ਦੇ, ਜਿਨ੍ਹਾਂ ਨੂੰ ਅਸੀਂ ਆਪਣੇ ਮਠਾਧੀਸ਼ ਕਿਹਾ ਜਾ ਸਕਦਾ, ਸਾਡੇ ਬਹੁਤ ਰਿਸਪੈਕਟਡ ਕਹੇ ਜਾ ਸਕਦੇ ਆ, ਉਹਨਾਂ 'ਚੋਂ ਹੀ ਬਾਈਕਾਟ ਕਰ ਦਿੱਤਾ। ਕਿਉਂ ਕੀਤਾ? ਇਸ ਕਰਕੇ ਨਹੀਂ ਕੀਤਾ ਕਿ ਰਾਮ ਜੀ ਉਹਨਾਂ ਨੂੰ ਪਿਆਰੇ ਨਹੀਂ ਆ, ਇਸ ਕਰਕੇ ਇਹ ਹੋਇਆ ਵੀ ਉਹਨਾਂ ਨੂੰ ਇਹ ਲੱਗਿਆ ਹੈਗਾ ਆ ਵੀ ਆਧ ਅਧੂਰੇ ਦਾ ਜਿਹੜਾ ਹੈ ਕੀਤਾ। ਅਸੀਂ ਮੋਦੀ ਨਾਲ ਸਾਡੇ ਹੋ ਸਕਦੇ ਆ ਕਿਸੇ ਪ੍ਰਕਾਰ ਦੇ ਕੋਈ ਮਤਭੇਦ ਸਿਆਸੀ ਤੌਰ 'ਤੇ, ਜੇ ਆਪਾਂ ਕਹੀਏ ਵੀ ਸਾਡਾ ਕੋਈ ਰਾਮ ਭਗਵਾਨ ਦੇ ਉਹਦੇ ਉਪਾਸਕ ਹਾਂ ਅਸੀਂ ਉਹਨਾਂ ਦੀ, ਖਾਸ ਤੌਰ 'ਤੇ ਮੈਂ ਆਪਣੀ ਗੱਲ ਇੱਕ ਕਰਾਂ, ਮੇਰੇ ਘਰ ਦੇ ਵਿੱਚ ਰਾਮਾਇਣ ਆ, ਜਿੱਥੇ ਰਾਮਾਇਣ ਆ ਉੱਥੇ ਰਾਮ ਦਾ ਪ੍ਰਵੇਸ਼ ਆ, ਰਾਈਟ? ਕੀ ਕਹਿੰਦੇ? ਜੇ ਆਪਾਂ ਰਾਮਾਇਣ ਨੂੰ ਮੰਨਦੇ ਹਾਂ ਤਾਂ ਫਿਰ ਰਾਮ ਮਹਾਰਾਜ ਦੀ ਕਿਉਂ ਨਹੀਂ ਹੋ ਸਕਦੀ? ਮੈਂ ਤਾਂ ਹਰ ਜਗ੍ਹਾ ਇੱਕ ਗੱਲ ਕਹਿੰਦਾ ਹਾਂ ਕਿ ਰਾਮ ਭਗਵਾਨ ਜਿਹੜੇ ਹੈ ਉਹ ਦੁਨੀਆ ਦੇ ਕੌਡੇ ਆ, ਦੁਨੀਆ ਨੂੰ ਉਹਨਾਂ ਨੇ ਉਪਦੇਸ਼ ਦਿੱਤਾ। ਕੌਣ ਕਰਦਾ? ਇਹ ਤਾਂ ਐਵੇਂ ਇੱਕ ਆਪਣਾ ਸਟੰਟ ਬਣਾਈ ਜਾਂਦੇ ਆ, ਉਸ ਨੂੰ ਹੋਰ ਤਰ੍ਹਾਂ ਦਿਖਾ ਰਿਹਾ, ਇੱਦਾਂ ਨਹੀਂ ਹੈ। ਹੁਣ ਮੈਂ ਜਿਸ ਦਿਨ ਮੇਰਾ ਲੱਗਿਆ ਟਾਈਮ, ਮੈਂ ਜਾ ਕੇ ਦਰਸ਼ਨ ਕਰਕੇ ਉੱਥੇ ਨਤਮਕਸਰ ਹੋ ਕੇ ਆਵਾਂਗਾ। ਮੈਂ ਜਿਵੇਂ ਕਿ ਆਪਾਂ ਇਹ ਗੱਲ ਕਹਿ ਲਈਏ ਵੀ ਅਸੀਂ ਹਾਜ਼ੀ ਅਲੀ ਵੀ ਜਾਂਦੇ ਹਾਂ, ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ, ਗੱਲ ਸਮਝਦੇ ਨਾ ਜੀ। ਮੈਂ ਆਪਣੇ ਸਿੱਧੀ ਵਿਨਾਇਕ ਵੀ ਜਾਂਦਾ ਹਾਂ, ਮਾਂ ਵੈਸ਼ਨੋ ਦੇ ਵੀ ਜਾਂਦੇ ਹਾਂ। ਇਹ ਜਿਹੜਾ ਕੋਈ ਸਹੀ ਮਾਇਨੇ ਦੇ ਵਿੱਚ ਇਨਸਾਨ ਆ, ਜਿਹੜਾ ਕੋਈ ਹਿੰਦੁਸਤਾਨ ਦੀ ਆਈਡੀਓਲੋਜੀ ਨੂੰ ਮੰਨਦਾ, ਉਹ ਸਾਰੇ ਧਰਮਾਂ ਦਾ, ਸਾਰੇ ਗੋਡ ਦਾ ਰਿਗਾਰਡ ਕਰਦਾ ਹੈ। ਇਹਨੂੰ ਇਹ ਕਰ ਰਹੇ ਆ, ਇਹ ਬਹੁਤੀ ਦੇਰ ਨਹੀਂ ਚੱਲਣਾ, ਲੋਕ ਜਾਣ ਚੁੱਕੇ ਹੋਏ ਆ। ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਜੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ, ਉਸ ਨੂੰ ਲੈ ਕੇ ਜੇ ਅਸੀਂ ਗੱਲ ਕਰੀਏ, ਨਵਜੋਤ ਸਿੰਘ ਸਿੱਧੂ ਦਾ ਦੌਰਾ ਹੁਸ਼ਿਆਰਪੁਰ ਦਾ ਕੀਤਾ ਗਿਆ ਸੀ, ਹੁਸ਼ਿਆਰਪੁਰ ਇੱਕ ਰੈਲੀ ਰੱਖੀ ਸੀ, ਨਵਜੋਤ ਸਿੰਘ ਸਿੱਧੂ ਪਧਾਰੇ ਸੀ, ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਹਨਾਂ ਦਾ ਬਾਈਕਾਟ ਕੀਤਾ ਜਾਂਦਾ।
ਤੇ ਕੀ ਮੁੱਖ ਕਾਰਨ ਹੈ ਕਿ ਕਾਂਗਰਸ ਆਪਸ ਦੇ ਵਿੱਚ ਹੀ ਮਤਭੇਦ ਜਿਹੜੇ ਆ ਉਹ ਕਲੀਅਰ ਨਹੀਂ ਹੋ ਰਹੇ? ਮੈਂ ਇਹ ਦੱਸਣਾ ਚਾਹੁੰਦਾ, ਕਿਸੇ ਨੇ ਵੀ ਇਹਦਾ ਬਾਈਕਾਟ ਨਹੀਂ ਕੀਤਾ। ਦੇਖੋ ਉਹ ਵੀ ਇੱਕ ਜਿਹੜਾ ਹੈ ਉਹ ਕਾਂਗਰਸ ਦੇ ਨਾਲ ਤੁਰੇ ਹੋਏ ਆ, ਮਗਰ ਮਸਲਾ ਸਿਰਫ ਇਹ ਆ ਵੀ ਜਿਹੜੇ ਵੀ ਕੋਈ ਸਾਥੀ ਹੈਗੇ ਆ, ਅਸੀਂ ਜਿੱਦਾਂ ਹੁਣ ਮੈਂ ਹਾਂ, ਮੈਂ ਕਾਂਗਰਸ ਦਾ ਲੋਇਲ ਸਿਪਾਹੀ ਹਾਂ, ਜੋ ਮੈਨੂੰ ਆਦੇਸ਼ ਹੋਏਗਾ ਮੈਂ ਉਹ ਕੰਮ ਕਰਾਂਗਾ ਜਿਹੜਾ ਉਹਨਾਂ ਨੂੰ ਠੀਕ ਲੱਗੇਗਾ। ਮੈਂ ਉਸ ਤਰੀਕੇ ਦੇ ਨਾਲ ਕਾਂਗਰਸ ਦਾ ਸਿਪਾਹੀ ਹੋਣ ਦੇ ਨਾਤੇ ਹਰ ਥਾਂ ਡਿਊਟੀ ਦੇਵਾਂਗਾ। ਔਰ ਜੋ ਮੈਂ ਸੰਨ 77 ਤੋਂ ਆਪਣੀ ਜਿਹੜੀ ਮੈਂਬਰਸ਼ਿਪ ਭਰੀ ਸੀ, ਅੱਜ ਦੇ ਦਿਨ ਤੱਕ ਕਾਂਗਰਸ ਦਾ ਸਿਪਾਹੀ ਬਣ ਕੇ ਖੜ੍ਹਾ ਹੈ, ਸੀ ਔਰ ਰਹਾਂਗਾ। ਥੈਂਕ ਯੂ। ਹਾਂਜੀ ਸਰ, ਕੀ ਨਾਮ ਹੈ ਜੀ? ਮੇਰਾ ਨਾਮ ਸਟੀਫਨ ਕਾਲਾ ਜੀ। ਠੀਕ ਹੈ ਜੀ। ਅੱਜ ਇੱਥੇ ਹੁਸ਼ਿਆਰਪੁਰ ਕੀ ਪ੍ਰੋਗਰਾਮ 'ਤੇ ਆਏ? ਅੱਜ ਅਸੀਂ ਇੱਥੇ, ਮੈਂ ਸਟੀਫਨ ਕਾਲਾ ਭਲਾਥ ਹਲਕੇ ਤੋਂ ਹੈਗਾ, ਬਲੋਕ ਕਾਂਗਰਸ ਪ੍ਰਧਾਨ ਨਡਾਲਾ ਜੀ। ਅੱਜ ਸਾਡੀ ਲੋਕ ਸਭਾ ਹੁਸ਼ਿਆਰਪੁਰ ਦੇ ਸਾਡੇ ਰਿਜ਼ਰਵਰ ਆਏ ਆ, ਉਹਨਾਂ ਨਾਲ ਉਹਨਾਂ ਨੇ ਸਾਡੇ ਤੋਂ ਹੁਣ ਦੇਖਦੇ ਹਾਂ ਕੀ ਪੁੱਛਦੇ ਆ ਸਾਨੂੰ, ਉਹਨਾਂ ਨੇ ਬੁਲਾਇਆ, ਉਸ ਉਹਨਾਂ ਦੇ ਸੱਦੇ 'ਤੇ ਆਏ ਜੀ। ਕਿਸ ਤਰ੍ਹਾਂ ਦੇ ਮਨ ਦੇ ਵਿੱਚ ਵਿਚਾਰ ਨੇ ਕਿ ਤੁਸੀਂ ਸਾਂਝੇ ਕਰਨਾ ਚਾਹੁੰਦੇ ਆ, ਜਾਂ ਕੋਈ ਸਲਾਹ ਉਹਨਾਂ ਤੋਂ ਸਲਾਹ ਮਸ਼ਵਰਾ ਦੇਣਾ ਚਾਹੁੰਦੇ ਆ, ਕੋਈ ਦਿਮਾਗ ਦੇ ਵਿੱਚ ਜਾਂ ਕੁਛ ਇੱਦਾਂ ਸੋਚ ਕੇ ਆਏ ਹੋ? ਸਲਾਹ ਇਹੀ ਦੇਣੀ ਚਾਹੁੰਦੇ ਹਾਂ ਕਿ ਕਾਂਗਰਸ ਪਾਰਟੀ ਪਿਛਲੀ ਵਾਰੀ ਵੀ ਗੁੱਟਬੰਦੀ ਕਰਕੇ ਹਾਰੀ ਸੀ, ਅਤੇ ਇਸ ਟਾਈਮ ਵੀ ਜਿਹੜੀ ਗੁੱਟਬੰਦੀ ਆ ਉਹ ਸਿਖਰਾਂ 'ਤੇ ਆ। ਹਾਈ ਕਮਾਨ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜੀ ਗੁੱਟਬੰਦੀ ਹੈ ਇਹਨੂੰ ਖਤਮ ਕੀਤਾ ਜਾਵੇ, ਅਤੇ ਪਾਰਟੀ ਇਕਜੁੱਟਤਾ ਦੇ ਨਾਲ ਲੜੇ, ਅਤੇ ਪਰਮਾਤਮਾ ਕਿਰਪਾ ਕਰੂਗਾ 13 ਦੀਆਂ 13 ਜਿੱਤਾਂਗੇ। ਕੀ ਮੰਨਦੇ ਹੋ ਕਿ ਜੇ ਹੁਸ਼ਿਆਰਪੁਰ ਦੌਰੇ 'ਤੇ ਨਵਜੋਤ ਸਿੰਘ ਸਿੱਧੂ ਪਹੁੰਚੇ ਸੀ ਅਤੇ ਅੰਮ੍ਰਿਤਸਰ ਰਾਜਾ ਵੜਿੰਗ ਵੱਲੋਂ ਬਾਈਕਾਟ ਕੀਤਾ ਗਿਆ ਸੀ, ਜਾਂ ਉਹਨਾਂ ਦਾ ਕੀਤਾ ਜਾ ਰਿਹਾ ਬਾਈਕਾਟ ਲਗਾਤਾਰ, ਅਤੇ ਕਿੱਥੇ ਤੱਕ ਪੋਜੀਸ਼ਨ ਮੰਨਦੇ ਹੋ ਕਾਂਗਰਸ ਪਾਰਟੀ? ਦੇਖੋ ਉਹ ਵੱਡੇ ਲੀਡਰ ਆ ਜੀ, ਅਸੀਂ ਤਾਂ ਅਪੀਲ ਕਰ ਸਕਦੇ ਹਾਂ ਵੀ ਉਹ ਇੱਕ ਹੁਣ ਇਹੀ ਧੜਨਾ ਪਹਿਲੋਂ ਬੇਨਤੀ ਕੀਤੀ ਆ ਵੀ ਹਾਈ ਕਮਾਂਡ ਸਖਤ ਐਕਸ਼ਨ ਲਵੇ ਅਤੇ ਸਾਰਿਆਂ ਨੂੰ ਇਕੱਠੇ ਕਰਕੇ ਇਕੱਠੇ ਚੱਲਣ, ਕਿਉਂਕਿ ਵੱਡੇ ਲੀਡਰਾਂ ਵਾਸਤੇ ਟੀਕਾ ਟਿੱਪਣੀ ਅਸੀਂ ਤਾਂ ਕਰ ਨਹੀਂ ਸਕਦੇ, ਉਹ ਤਾਂ ਹਾਈ ਕਮਾਂਡ ਜੋ ਵੀ ਕਹਿ ਸਕਦੀ ਹੈ ਜੀ। ਜੇਕਰ ਨਵਜੋਤ ਸਿੰਘ ਸਿੱਧੂ ਅਲੱਗ ਪਾਰਟੀ ਬਣਾਉਂਦੇ ਆ ਜਾਂ ਅਲੱਗ ਧੜਾ ਉਹਨਾਂ ਦਾ ਹੁੰਦਾ ਤਾਂ ਕਿੰਨਾ ਖੜ੍ਹੇ ਹੋਵੋਗੇ? ਦੇਖੋ ਇਹ ਜੇਕਰ ਨਵਜੋਤ ਸਿੱਧੂ ਅਲੱਗ ਚੱਲਦੇ ਆ, ਇਹ ਤਾਂ ਉਹਨਾਂ ਦੀ ਆਪਣੀ ਸੋਚ ਆ ਨਾ। ਅਸੀਂ ਤਾਂ ਮੰਨਦੇ ਹਾਂ ਕਿ ਨਵਜੋਤ ਸਿੱਧੂ ਜਿਹੜਾ ਇੱਕ ਸਿਤਾਰਾ ਵਾ ਕਾਂਗਰਸ ਪਾਰਟੀ ਦਾ, ਇੱਕ ਭਵਿੱਖ ਵਾ। ਨਵਜੋਤ ਸਿੱਧੂ ਨੂੰ ਲੋਕ ਸੁਣਨ ਵਾਸਤੇ ਆਉਂਦੇ, ਉਹਨਾਂ ਦੇ ਭਾਸ਼ਣ ਦੇ ਵਿੱਚ ਜਾਨ ਆ, ਪਰ ਇਹ ਜ਼ਰੂਰ ਅਪੀਲ ਕਰਦੇ ਹਾਂ ਕਿ ਮਿਲ ਕੇ ਚੱਲਣਾ ਚਾਹੀਦਾ, ਜਮਾਤ ਕਰਾਮਾਤ ਹੁੰਦੀ ਆ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ। ਹਾਂਜੀ ਸਰ, ਕਿਵੇਂ ਦੇਖਦੇ ਨਵਜੋਤ ਸਿੱਧੂ ਵੱਲੋਂ ਲਗਾਤਾਰ ਸੱਚ ਦੇ ਵਿਸ਼ੇ 'ਤੇ ਲੜਾਈ ਲੜੀ ਜਾ ਰਹੀ ਆ, ਫਿਰ ਵੀ ਉਹਨਾਂ ਨੂੰ ਭਰਪੂਰ ਸਮਰਥਨ ਨਹੀਂ ਮਿਲ ਰਿਹਾ, ਕਿਵੇਂ ਦੇਖਦੇ? ਪਹਿਲੀ ਗੱਲ ਤਾਂ ਇਹ ਵੀ ਸੱਚੇ ਬੰਦੇ ਦੀ ਆਵਾਜ਼ ਕੋਈ ਨਹੀਂ ਉਠਾਉਂਦਾ। ਨੰਬਰ 2, ਜਿਹੜੀਆਂ ਅੱਜ ਉੱਪਰਲੇ ਗਲਤੀਆਂ ਕਰਦੇ ਆ ਉਹ ਛੋਟੇ ਭੁਗਤਦੇ ਆ। ਜਦੋਂ ਸਰਕਾਰ ਕੋਈ ਬਣਦੀ ਆ ਉਦੋਂ ਤੁਸੀਂ ਆਪਣਾ ਜਿਹੜਾ ਵਰਕਰ ਆ ਉਹਨੂੰ ਭੁੱਲ ਜਾਂਦੇ ਆ। ਇਹਦੀ ਉਹ ਜਿਹੜੀ ਕਾਂਗਰਸ ਇਸ ਵੇਲੇ ਲੋਸ ਜਾ ਰਹੀ ਆ, ਸਭ ਤੋਂ ਵੱਡੀ ਗੱਲ ਇਹੀ ਆ, ਲੋਸ ਇਸ ਗੱਲ ਦਾ ਲੋਸ ਆ ਵੀ ਜਿਹੜਾ ਵਰਕਰ ਨੂੰ ਅਸੀਂ ਪੁੱਛਦੇ ਨਹੀਂ ਮੁੜ ਕੇ। ਜਦੋਂ ਆਹ ਟਾਈਮ ਆ ਗਿਆ ਨਾ, ਹੁਣ ਸਾਰਿਆਂ ਨੇ ਇਕੱਠੇ ਕਰ ਲੈਣੇ ਆ, ਮੁੜ ਕੇ ਕਿਸੇ ਨੇ ਪੁੱਛਣਾ? ਹਾਂਜੀ, ਕਿਵੇਂ ਦੇਖਦੇ ਹੋ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ 'ਤੇ? ਅਸੀਂ ਇੱਕ ਐਜ ਏ ਵਰਕਰ ਦੇ ਤੌਰ ਦੇ ਉੱਤੇ ਅਸੀਂ ਸਾਰੇ ਇੱਥੇ ਪਹੁੰਚੇ, ਪਰ
ਜਿਹੜੀ ਗੁੱਟਬੰਦੀ ਆ ਉਹ ਤੇ ਭਾਵਾਂ ਕਿਸੇ ਘਰ ਦੇ ਵਿੱਚ ਹੋਵੇ ਜਾਂ ਸਟੇਟ ਲੈਵਲ ਦੀ ਹੋਵੇ, ਉਹ ਤੇ ਜਿਹੜਾ ਵੀ ਨੁਕਸਾਨ ਉਹ ਪਾਰਟੀ ਦਾ ਵੀ ਨੁਕਸਾਨ ਤੇ ਘਰ ਦਾ ਵੀ ਨੁਕਸਾਨ ਹੁੰਦਾ ਜਦੋਂ ਵੀ ਕਿਸੇ ਦੇ ਵਿੱਚ ਗੁੱਟਬੰਦੀ ਦਾ ਸ਼ੁਰੂ ਹੋ ਜਾਂਦਾ। ਔਰ ਇਹ ਹੋਣੀ ਨਹੀਂ ਚਾਹੀਦੀ, ਇਹ ਹਾਈ ਕਮਾਂਡ ਇਹਨੂੰ ਰੋਕ ਸਕਦੀ ਹੈ ਅਤੇ ਵਰਕਰ ਤੇ ਕੀ ਕਰਨਗੇ। ਅਤੇ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀ ਨੀਤੀਆਂ ਨੇ ਉਹਨਾਂ ਨੂੰ ਕਿਵੇਂ ਮੰਨਦੇ ਹੋ ਜੀ? ਨੀਤੀਆਂ ਵੱਡੇ ਲੋਕ ਜਿਹੜੇ ਆ ਉਹ ਆਪਣੇ ਆਪ ਦੇ ਵਿੱਚ ਉਹ ਵੱਡੇ ਕਹਾਉਂਦੇ ਆ, ਛੋਟੇ ਵਰਕਰਾਂ ਨੂੰ ਤਾਂ ਕੋਈ ਨਹੀਂ ਪੁੱਛਣ ਨੂੰ ਤਿਆਰ, ਪਰ ਇਹ ਤਾਂ ਹਾਈਕਮਾਂਡ ਦਾ ਹੀ ਕੰਮ ਆ ਕਿ ਉਹ ਇਹਨਾਂ ਦੇ ਉੱਤੇ ਵਿਚਾਰ ਕਰਨ ਅਤੇ ਇਸ ਗੁੱਟਬੰਦੀ ਨੂੰ ਇਹ ਖਤਮ ਕੀਤਾ ਜਾਵੇ ਤਾਂ ਕਿ ਸਾਰੇ ਜਿਹੜੇ ਆਪਾਂ ਅੱਛੀ ਤਰ੍ਹਾਂ, ਔਰ ਐਤਕਾਂ ਦੇ ਜੇਕਰ ਇਹ ਗੁੱਟਬੰਦੀ ਖਤਮ ਹੋ ਜਾਵੇ ਤਾਂ ਵਾਕਿਆ ਹੀ ਅਸੀਂ 13 ਦੀਆਂ 13 ਸੀਟਾਂ ਜਿਹੜੀਆਂ ਉਹ ਲੈ ਸਕਦੇ ਹਾਂ, ਇਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਜਾਣਗੀਆਂ। ਭਾਰਤ ਜੋੜੋ ਯਾਤਰਾ ਨੂੰ ਕਿਵੇਂ ਦੇਖਦੇ ਹੋ ਜੀ? ਉਹ ਤਾਂ ਉਹਨਾਂ ਨੇ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ, ਉਹਨਾਂ ਨੇ ਵੀ ਦੇਰ ਕੀਤੀ ਹੈ, ਪਹਿਲਾਂ ਚਾਹੀਦੀ ਸੀ, ਪਰ ਫਿਰ ਵੀ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਰਾਹੁਲ ਜੀ। ਰਾਹੁਲ ਜੀ ਨੇ ਜਿਹੜਾ ਕੰਮ ਕੀਤਾ ਪਹਿਲਾਂ ਕਰਨਾ ਚਾਹੀਦਾ ਸੀ, ਪਰ ਜਿੱਥੇ ਕਿ ਗੁੱਟਬਾਜ਼ੀ ਦੀ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਅਤੇ ਰਾਜਾ ਵੜਿੰਗ ਦੇ ਵਿੱਚ, ਇਹ ਕਦੋਂ ਤੱਕ ਕਿਵੇਂ ਖਤਮ ਹੋ ਸਕਦਾ? ਪ੍ਰਧਾਨ ਜੀ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ, ਵਰਕਰਾਂ ਨੂੰ ਨਹੀਂ ਦੇਖਣਾ ਚਾਹੀਦਾ, ਪ੍ਰਧਾਨ ਦੀ ਡਿਊਟੀ ਹੁੰਦੀ ਕਿ ਸਾਰਿਆਂ ਨੂੰ ਨਾਲ ਲੈਣ, ਸਰਪੰਚ ਦੀ ਜ਼ਿੰਮੇਵਾਰੀ ਹੈ ਕਿ ਮੈਂਬਰਾਂ ਨੂੰ ਜੋੜ ਕੇ ਰੱਖਣ। ਅਤੇ ਕਿੱਥੋਂ ਤੱਕ ਜਿਹੜੀਆਂ ਸਿੱਧੂ ਵੱਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ, ਬਾਈਕਾਟ ਵੀ ਹੋ ਰਿਹਾ, ਅਤੇ ਜਿਹੜਾ ਸਮਰਥਨ ਕਾਂਗਰਸ ਪਾਰਟੀ ਨੂੰ ਮਿਲਣਾ ਚਾਹੀਦਾ ਉਹਨੂੰ ਉਹਦੇ ਵਿੱਚ ਰੁਕਾਵਟ ਬਣਦਾ ਨਜ਼ਰ ਆ ਰਿਹਾ, ਕਿਵੇਂ ਦੇਖਦੇ? ਕੋਈ ਰੁਕਾਵਟ ਨਹੀਂ ਬਣਦੀ ਜੀ, ਸਾਰੇ ਮਸਲੇ ਹੱਲ ਹੋ ਜਾਣਗੇ, ਉੱਤੇ ਹਾਈਕਮਾਂਡ ਬੈਠੀ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਅਲੱਗ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਬਾਈਕਾਟ ਵੀ ਹੋ ਰਿਹਾ, ਅਤੇ ਕਿਵੇਂ ਦੇਖਦੇ ਹੋ ਕਿ ਮੁੱਦਿਆਂ ਤੋਂ ਅਲੱਗ ਭਟਕ ਰਹੇ ਨੇ? ਦੇਖੋ, ਨਵਜੋਤ ਸਿੰਘ ਸਿੱਧੂ ਪਾਰਟੀ ਲਈ ਕੰਮ ਕਰ ਰਹੇ ਨਾ, ਨਵਜੋਤ ਸਿੰਘ ਸਿੱਧੂ ਪਾਰਟੀ ਲਈ ਕੰਮ ਕਰ ਰਹੇ ਆ, ਪਾਰਟੀ ਦਾ ਥਾਪੜਾ ਵੀ ਆ, ਹਾਈਕਮਾਂਡ ਤੋਂ ਬਗੈਰ ਤਾਂ ਕੋਈ ਵੀ ਰੈਲੀ ਨਹੀਂ ਕਰ ਸਕਦਾ, ਹਾਈਕਮਾਂਡ ਦੇ ਧਿਆਨ 'ਚ ਆ। ਅਸੀਂ ਇਹੀ ਚਾਹੁੰਦੇ ਹਾਂ ਕਿ ਹਾਈਕਮਾਂਡ ਜਿਹੜਾ ਉਹ ਜਿਹੜੀਆਂ ਅਲੱਗ ਅਲੱਗ ਰੈਲੀਆਂ ਹੋ ਰਹੀਆਂ ਉਹਨਾਂ ਨੂੰ ਇਕੱਠਿਆਂ ਕਰੇ, ਜੇ ਕੋਈ ਆਪਸੀ ਮਤਭੇਦ ਹਨ ਤਾਂ ਉਹਨਾਂ ਨੂੰ ਬਿਠਾ ਕੇ ਮਿਟਾਉਣਾ ਚਾਹੀਦਾ। ਕੰਮ ਤਾਂ ਸਾਰੇ ਕਾਂਗਰਸ ਪਾਰਟੀ ਲਈ ਕਰ ਰਹੇ ਹਾਂ, ਲੋਕਾਂ ਲਈ ਕਰ ਰਹੇ ਹਾਂ, ਲੋਕਾਂ ਦੀ ਭਲਾਈ ਲਈ ਕਰ ਰਹੇ ਹਾਂ, ਨਵਜੋਤ ਸਿੱਧੂ ਵੀ, ਰਾਜਾ ਵੜਿੰਗ ਵੀ, ਬਾਕੀ ਲੀਡਰ ਵੀ ਜੀ। ਆਪਣੀ ਜਗ੍ਹਾ ਤੇ ਖੜੇ ਕਿਵੇਂ ਫੜ ਲਓ, ਸਾਰੇ ਫੜ ਲਓ, ਅੱਜ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਦਵਿੰਦਰ ਯਾਦਵ ਜੀ, ਸਾਡੇ ਜਿਹੜੇ ਜਨਰਲ ਸੈਕਟਰੀ ਇੰਚਾਰਜ ਨੇ, ਅੱਜ ਉਹ ਪਹਿਲੀ ਵਾਰ ਹੁਸ਼ਿਆਰਪੁਰ ਆ ਰਹੇ ਨੇ ਅਤੇ ਉਹਨਾਂ ਦੀ ਪਲੇਠੀ ਮੀਟਿੰਗ ਦੇ ਲਈ ਵੀ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਅਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ।
ਔਰ ਦੂਸਰਾ ਅੱਜ ਜੋ ਸਭ ਤੋਂ ਜੋ ਅੱਜ ਪ੍ਰੋਗਰਾਮ ਹੈ ਸਾਡੇ ਜਿੰਨੇ ਵੀ ਸਾਡੇ ਵਰਕਰਸ ਹੈ, ਸਾਡੇ ਕੋਆਰਡੀਨੇਟਰਸ ਹੈ, ਸਾਡੇ ਬੂਥ ਲੈਵਲ ਵਰਕਰਸ ਹੈ, ਸਾਡੀਆਂ ਫਰੰਟਲ ਔਰਗਨਾਈਜੇਸ਼ਨ ਹੈ, ਅੱਜ ਸਾਰੇ ਵਰਕਰਸ ਦਾ ਇਕੱਠ ਹੈ। ਅੱਜ ਉਹ ਖਾਸ ਤੌਰ 'ਤੇ ਉਚੇਚੇ ਤੌਰ 'ਤੇ ਸਾਰੇ ਵਰਕਰਸ ਦਾ ਸੁਝਾਅ ਲੈਣ ਆ ਰਹੇ ਆ ਕਿ ਡਿਸਿਪਲਿਨ ਬਾਰੇ ਸੁਝਾਅ ਲੈਣਗੇ, ਔਰ ਦੂਸਰਾ ਖਾਸ ਤੌਰ 'ਤੇ ਜਿਹੜਾ ਕਿਆਸ ਰਾਈਆਂ ਲਗਾ ਰਹੀਆਂ ਕਿ ਅਲਾਇੰਸ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਉਹਦੇ ਬਾਰੇ, ਸੋ ਹਰ ਤਰ੍ਹਾਂ ਦਾ ਜਿਹੜੇ ਵਰਕਰਸ ਦੀ ਸਾਡੀ ਰਾਏ ਹੈ ਉਹ ਸੁਣਨਗੇ। ਔਰ ਮੈਂ ਸਮਝਦਾ ਕਿ ਪਹਿਲੀ ਵਾਰੀ ਇਹ ਹੋ ਰਿਹਾ ਕਿ ਜਦੋਂ ਸਾਡੇ ਬੂਥ ਲੈਵਲ ਵਰਕਰਸ ਤੱਕ, ਚਾਹੇ ਸਾਡੇ ਕੋਲ ਸੰਮਤੀ ਮੈਂਬਰ ਨੇ, ਚਾਹੇ ਸਾਡੇ ਸਰਪੰਚ ਸਾਹਿਬਾਨ ਨੇ, ਕੌਂਸਲਰ ਨੇ, ਹਰ ਇੱਕ ਤੋਂ ਜਿਹੜਾ ਉਹਨਾਂ ਦੀ ਓਪੀਨੀਅਨ ਜਿਹੜੀ ਉਹ ਲਈ ਜਾਏਗੀ। ਔਰ ਜਿਹੜਾ ਇਸ ਮੀਟਿੰਗ ਦਾ ਮੁੱਖ ਮਕਸਦ ਵੀ ਹੋਏਗਾ ਉਹ ਵਰਕਰਸ ਦਾ ਓਪੀਨੀਅਨ ਹੈ, ਉਹਨਾਂ ਦੀਆਂ ਗੱਲਾਂ ਸੁਣੀਆਂ ਜਾਣਗੀਆਂ, ਨਾ ਕਿ ਸਾਡੀਆਂ, ਕਿਉਂਕਿ ਅਸੀਂ ਤਾਂ ਬੋਲਦੇ ਰਹਿੰਦੇ ਹਾਂ। ਸੋ ਉਹਨਾਂ ਦੇ ਜਿਹੜੇ ਵਿਚਾਰ ਹੈ ਉਹ ਅੱਜ ਜ਼ਰੂਰੀ ਤੌਰ 'ਤੇ ਯਾਦਵ ਸਾਹਿਬ ਸੁਣਨਗੇ, ਔਰ ਉਹਨਾਂ ਦੇ ਨਾਲ ਸ਼ਾਇਦ ਬਾਜਵਾ ਸਾਹਿਬ ਵੀ ਉੱਥੇ ਤਾਂ ਸੀਗੇ, ਜ਼ਰੂਰ ਆਉਣਗੇ। ਅੱਜ ਵੜਿੰਗ ਸਾਹਿਬ ਕਿਸੇ ਕਾਰਨ ਕਰਕੇ ਆ ਨਹੀਂ ਸਕਦੇ ਕਿਉਂਕਿ ਅੱਜ ਠੀਕ ਨਹੀਂ ਆ, ਬਿਮਾਰ ਸੀ। ਸੋ ਅੱਜ ਦਾ ਇਹ ਪ੍ਰੋਗਰਾਮ, ਥੈਂਕ ਯੂ। ਦੇਖੋ ਆਮ ਆਦਮੀ ਪਾਰਟੀ ਉਹਨਾਂ ਦਾ ਇੱਕ ਆਪਣਾ ਸੰਗਠਨ ਆ, ਆਪਣੀ ਸਰਕਾਰ ਹੈ, ਉਹਨਾਂ ਨੂੰ ਪੂਰਾ ਹੱਕ ਹੈ ਲੜਨਾ ਚਾਹੀਦਾ, ਪਰ ਇਹ ਵੀ ਸਾਡੇ ਜੋ ਵਰਕਰਸ ਦਾ ਓਪੀਨੀਅਨ ਹੈ ਉਹ ਅਸੀਂ ਆਪਣੇ ਹਾਈ ਕਮਾਂਡ ਤੱਕ ਕਨਵੇ ਕਰ ਦਿੱਤਾ, ਅਤੇ ਜੋ ਸਾਡੇ ਹਾਈ ਕਮਾਂਡ ਦਾ ਫੈਸਲਾ ਹੋਇਆ ਅਸੀਂ ਉਸ ਦੇ ਤਹਿਤ ਸਾਰਾ ਜਿਹੜਾ ਸਾਡੇ ਵਰਕਰ ਹੈ ਡਿਸਿਪਲਿਨ ਦੇ ਤਹਿਤ ਉਸ ਦੇ ਤਹਿਤ ਜਿਹੜਾ ਚੁਣਾਵ ਲੜਿਆ ਜਾਏਗਾ। ਥੈਂਕ ਯੂ। ਦੋਸਤੋ, ਆਪਕਾ ਸਕਾਈਸੀ ਆਇਲ, ਇਹ ਆਇਲ ਪੂਰਾ 100% ਨੈਚੁਰਲ ਇੰਗਰੀਡੀਐਂਟ ਸੇ ਬਣਾ ਹੁਆ ਹੈ, ਇਸਕੇ ਅੰਦਰ ਟੋਟਲ ਨੈਚੁਰਲ ਹਰਬਸ ਪੜੇ ਹੋਏ ਹੈ, ਕੋਈ ਕੈਮੀਕਲ ਨਹੀਂ ਹੈ ਇਸਮੇ। ਜ਼ਰੂਰ ਇਸਕੋ ਇੱਕ ਵਾਰ ਆਪ ਯੂਜ਼ ਕਰੇਂ, ਆਪਕੇ ਮਨ ਕੋ ਸ਼ਾਂਤੀ ਹੋਗੀ ਕਿ ਆਜ ਤੱਕ ਐਸਾ ਪ੍ਰੋਡਕਟ ਹਮ ਲੋਗੋਂ ਨੇ ਨਹੀਂ ਦੇਖਾ। ਸਕਾਈਸੀ ਆਇਲ।